माँ मंगलामुखी धाम नजदीक लम्मा पिंड चौक हुशियारपुर रोड पर स्थित गुलमोहर सिटी में धाम के संस्थापक एवं संचालक नवजीत भारद्वाज की अध्यक्षता में रामलला की प्राण प्रतिष्ठा समारोह के उपलक्ष्य में विशेष समागम का आयोजन किया गया। इस दौरान मंदिर परिसर को रंग बिरंगी सुंदर लाइटों व सुंदर रंगोलियों से सजाया गया और दीपमाला की गई, तो वहीं विशाल भंडारे का आयोजन भी किया गया। इस मौके पर संस्थापक नवजीत भारद्वाज ने सभी देशवासियों को प्रभु श्री राम जी के आगमन पर्व की बताई दी। इस अवसर पर राकेश प्रभाकर, बलजिंदर सिंह, गुलशन शर्मा, एडवोकेट राजकुमार, अभिलक्ष्य चुग, पूनम प्रभाकर, बाबा जोशी, सौरभ अरोड़ा, केविन शर्मा, नवदीप, उदय, अभिनंदन प्रभाकर, अजीत कुमार, संजय अरोड़ा सहित असंख्य भक्तजन मौजूद रहे। जालंधर से हलचल के लिए कैमरामैन सुरेंद्र बाबा की रिपोर्ट। माँ बगलामुखी ताम जो की गुलमोर सिटी के नजदीक स्थित है, माँ के इस भव्य मंदिर आज भगवान श्री राम जी दे ਜਿਹੜਾ ਵਿਰਾਜਮਾਨ ਹੋਇਆ ਅਯੋਧਿਆ ਦੇ ਵਿੱਚ, ਉਹਨਾਂ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਲਈ ਜਿਹੜਾ ਸਾਡੇ ਪ੍ਰਸਿੱਧ ਸੇਵਾਦਾਰ ਜਲੰਧਰ ਦੇ ਸ਼੍ਰੀ ਸ਼ੀਤਲ ਵਿੱਚ ਜੀ ਵੱਲੋਂ ਹੁੰਗਾਰਾ ਆਇਆ ਸੀ ਸਾਰੇ ਮੰਦਰਾਂ ਲਈ, ਕਰਵਤ ਪ੍ਰਾਰਥਨਾ ਸੀ ਕਿ ਦੀਵਾਲੀ ਵੰਗਰ ਮਾਹੌਲ ਬਣਾਉਣਾ, ਔਰ ਅੱਜ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਦੀਪਾਵਲੀ ਤੋਂ ਵੀ ਮਹਾਂ ਦੀਪਾਵਲੀ ਅੱਜ ਮਨਾਈ ਗਈ ਹੈ, ਔਰ ਜਿੱਥੇ ਵੀ ਦੇਖੀਏ ਲੋਕਾਂ ਦਾ ਹਜੂਮ, ਲੋਕਾਂ ਦਾ ਜਿਹੜਾ ਉਤਸ਼ਾਹ ਭਗਵਾਨ ਸ਼੍ਰੀ ਰਾਮ ਜੀ ਦੇ ਪ੍ਰਤੀ ਠਾਠਾ ਮਾਰ ਰਿਹਾ ਸੀ। ਔਰ ਮੈਂ ਆਪਣੇ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਮਾਂ ਬਗਲਾਮੁਖੀ ਧਾਮ 'ਚ ਵੀ ਅੱਜ ਸੁੰਦਰ ਕਾਂਡ ਜਿਹਨੂੰ ਆਪਾਂ ਪੰਚਮ ਅਧਿਆਏ ਰਮਾਇਣ ਜੀ ਦਾ ਕਹਿੰਦੇ ਹਾਂ ਉਹ ਕੀਤਾ ਗਿਆ, ਔਰ ਸ਼ਰਧਾਲੂਆਂ ਨੇ ਆ ਕੇ ਲੰਗਰ ਭੰਡਾਰੇ ਦਾ ਜਿਹੜਾ ਆਯੋਜਨ ਸੀ ਉਹਦੇ ਵਿੱਚ ਵੀ ਭਾਗ ਲਿਆ, ਔਰ ਜਿਹੜਾ ਰਮਾਇਣ ਦਾ ਪੰਚਮ ਅਧਿਆਏ ਦਾ ਪਾਠ ਸੀਗਾ ਉਹ ਵੀ ਸੰਪੰਨ ਹੋਇਆ। ਸਾਰੇ ਮੰਦਰਾਂ ਦੇ ਵਿੱਚ ਨਾਨਾ ਪ੍ਰਕਾਰ ਦੇ ਜਿਹੜੀਆਂ ਮਹਾਰਾਜ ਦੇ ਲਈ ਜੋ ਲਗਾਵ ਸੀ ਉਹਦੇ ਲਈ ਵਿਸ਼ੇਸ਼ ਪ੍ਰੋਗਰਾਮ ਕੀਤੇ ਗਏ, ਔਰ ਅਸੀਂ ਬਹੁਤ ਜ਼ਿਆਦਾ ਧੰਨਵਾਦੀ ਹਾਂ ਦੇਵੀ ਤਲਾਬ ਮੰਦਰ ਦੇ ਸ਼੍ਰੀ ਸ਼ੀਤਲ ਵਿੱਚ ਜੀ ਦੇ, ਜਿਨ੍ਹਾਂ ਦੇ ਜਿਹੜਾ ਇਹ ਯੋਗਦਾਨ ਦੇ ਸਦਕਾ ਸਾਰੇ ਸਮਾਜ ਦੇ ਵਿੱਚ ਉਤਸ਼ਾਹ ਸੀ ਔਰ ਸਾਰੇ ਸਮਾਜ ਨੇ ਬੜ ਚੜ੍ਹ ਕੇ ਇਹਦੇ ਵਿੱਚ ਭਾਗ ਲਿਆ। ਮੇਰੇ ਵੱਲੋਂ ਸਮੂਹ ਸੇਵਾਦਾਰ ਮਾਂ ਬਗਲਾਮੁਖੀ ਧਾਮ ਵੱਲੋਂ ਇਸ ਅੱਜ ਦੇ ਹਰਸ਼ ਉਤਸਵ ਜਿਹੜਾ ਮਹਾਂ ਦੀਪਾਵਲੀ ਹੈ ਉਹਦੀਆਂ ਬਹੁਤ ਬਹੁਤ ਵਧਾਈਆਂ। ਮਹਾਰਾਜ ਇੱਦਾਂ ਹੀ ਸਾਨੂੰ 'ਤੇ ਕਿਰਪਾ ਕਰਨ, ਔਰ ਭਗਵਾਨ ਸ਼੍ਰੀ ਰਾਮ ਜੀ ਦੇ ਜਿਹੜੇ ਦੱਸੇ ਗਏ ਮਾਰਗ ਹੈ ਉਹ 'ਤੇ ਆਪਾਂ ਚਲੀਏ। ਜੈ ਸ਼੍ਰੀ ਰਾਮ।